ਪੰਜਾਬ ਵਿੱਚ ਪਹਿਲਾਂ ਹੀ ਬੱਚਿਆਂ ਨੂੰ ਅਗਵਾ ਕਰਨ ਦੀਆਂ ਖਬਰਾਂ ਫੈਲੀਆਂ ਹੋਈਆਂ ਨੇ। ਇਹਨਾਂ ਖਬਰਾਂ ਵਿੱਚ ਕੁਝ ਅਫਵਾਹਾਂ ਵੀ ਨੇ ਤੇ ਹੁਣ ਹੋਰ ਤਸਵੀਰਾਂ ਖੰਨਾ ਤੋਂ ਸਾਹਮਣੇ ਆਈਆਂ ਨੇ। ਜੀ ਹਾਂ, ਇਹ CCTV ਤਸਵੀਰਾਂ ਖੰਨਾ ਦੀਆਂ ਨੇ ਜਿੱਥੇ ਦਿਨ ਦਿਹਾੜੇ ਇੱਕ ਬੱਚਿਆਂ ਨਾਲ ਭਰੀ ਵੈਨ ਨੂੰ 3 ਨਕਾਬਪੋਸ਼ ਵਿਅਕਤੀਆਂ ਵੱਲੋਂ ਰੋਕਿਆ ਜਾਂਦਾ ਹੈ। ਵੈਨ ਰੋਕਣ ਤੋਂ ਬਾਅਦ ਵੈਨ ਦੇ ਚਾਲਕ ਨੂੰ ਬਾਹਰ ਨਿਕਲਣ ਲਈ ਕਿਹਾ ਜਾਂਦਾ ਹੈ ਤੇ ਫਿਰ ਬਿਨਾਂ ਕੁਝ ਬੋਲਿਆਂ ਇਹ ਨਕਾਬਪੋਸ਼ ਉੱਥੋਂ 9-2-11 ਹੋ ਜਾਂਦੇ ਨੇ। ਸਾਰੀ ਘਟਨਾ ਵਾਪਰੀ ਕਿਵੇਂ, ਤੁਸੀਂ ਸੁਣੋ ਡਰਾਈਵਰ ਦੀ ਜ਼ੁਬਾਨੀ। ਅਮਨਦੀਪ ਸਿੰਘ ਵੀਰੇ, ਕੀ ਗੱਲ ਹੋਈ ਆ ਜੀ? ਵੀਰੇ, ਤਕਰੀਬਨ 2:15 ਕੁ ਦਾ ਟਾਈਮ ਹੋਣਾ। ਮੈਂ ਆਪਣੇ ਰੈਗੂਲਰ ਹੀ ਜਿਵੇਂ ਸਕੂਲ 'ਚੋਂ ਬੱਚੇ ਲੈ ਕੇ ਆਉਂਦਾ, ਆਪਣੇ ਬੱਚੇ ਲੈ ਕੇ ਬਾਜੀਗਰ ਬਸਤੀ 'ਚੋਂ ਛੱਡ ਕੇ ਬੱਚੇ ਕਰਤਾਰ ਨਗਰ ਆਇਆ। ਆਹ ਗਲੀ ਦੇ ਵਿੱਚ ਮੈਂ ਬੱਚੇ ਛੱਡੇ ਆ 2:16 ਕੁ 'ਚ। ਆਹ ਮੋੜ 'ਤੇ ਆ ਕੇ ਮੇਰੇ ਨਾਲ ਇੱਕ ਮੁੰਡਾ ਉਰੇ ਖੜ੍ਹਾ, 2 ਰੁਮਾਲ ਬੰਨੇ ਹੋਏ ਸੀ ਉਹਨਾਂ ਦੇ, ਠੀਕ ਹੈ ਜੀ। ਉਹਨੂੰ ਮੈਂ ਹਾਰਨ ਮਾਰਿਆ, ਉਹ ਪਿੱਛੇ ਨਹੀਂ ਹੋਇਆ ਅਤੇ ਉਹਨੇ ਗੱਡੀ ਦੇਖੀ, 2 ਮੁੰਡੇ ਹੋਰ ਆ ਗਏ ਉਹਦੇ ਨਾਲ, 3 ਦੇ ਰੁਮਾਲ ਬੰਨੇ ਹੋਏ ਸੀਗੇ। ਇੱਕ ਮੁੰਡੇ ਦੇ ਮੱਥੇ ਦੇ ਉੱਪਰ ਇੱਥੇ ਓਮ ਦਾ ਨਿਸ਼ਾਨ ਬਣਿਆ ਹੋਇਆ, ਉਹੀ ਪਛਾਣ ਆ ਉਹਦੀ। ਉਹਤੋਂ ਬਾਅਦ ਉਹ ਕਹਿੰਦੇ ਥੱਲੇ ਉੱਤਰ ਗੱਡੀ 'ਚੋਂ। ਆਪਾਂ ਥੱਲੇ ਉਤਰੇ ਹਾਂ, ਬੱਚੇ ਨਾਲ ਸੀਗੇ ਮੇਰੇ, ਠੀਕ ਹੈ। ਉਹਨਾਂ ਨੇ ਕਿਹਾ ਵੀਰੇ ਕੀ ਹੋਇਆ? ਮੈਂ ਕਿਹਾ ਕੁਛ ਨਹੀਂ ਹੋਇਆ। ਮੈਂ ਆਪਣਾ ਫੋਨ ਕੱਢਿਆ, ਆਪਣੇ ਬ੍ਰਦਰ ਨੂੰ ਕਾਲ ਲਾਈ ਹੈ, ਬ੍ਰਦਰ ਨੂੰ ਕਾਲ ਕੀਤੀ। ਜਦ ਉਹ ਆਂਟੀ ਇੱਧਰ ਖੜ੍ਹੇ ਸੀਗੇ, ਜੈਨ ਸਕੂਲ ਵਾਲੇ ਬੱਚੇ ਆਉਂਦੇ ਆ, ਉਹ ਆਏ। ਜਦ ਨੂੰ ਉਹਨਾਂ ਨੇ ਦੇਖਿਆ ਵੀ ਹਾਂ ਮਹੱਲੇ ਵਾਲੇ ਹੁਣ ਬਾਹਰ ਆਉਣ ਲੱਗਿਆ, ਜਦ ਨੂੰ ਉਹ ਉੱਧਰ ਨੂੰ ਚਲੇ ਗਏ। ਉਹਨਾਂ ਕੋਲ ਕੋਈ ਹਥਿਆਰ ਵਗੈਰਾ ਸੀਗੇ? ਉਹਨਾਂ ਕੋਲ ਕੋਈ ਹਥਿਆਰ ਨਹੀਂ ਵੀਰੇ, ਮੈਂ ਦੇਖਿਆ। ਤੁਹਾਡੇ ਨਾਲ ਕੀ ਗੱਲਬਾਤ ਹੋਈ ਉਹਨਾਂ ਦੀ? ਮੈਨੂੰ ਓਨ ਦੀ ਸਪੋਰਟ ਉਹਨਾਂ ਨੇ ਇਹ ਗੱਲ ਕਹੀ ਆ, ਕਹਿੰਦੇ ਥੱਲੇ ਉੱਤਰ ਦੇਣਾ ਗੱਲ ਕਰ ਰਹੀ ਹੈ। ਹੁਣ ਤੁਸੀਂ ਕਿਸੇ ਕੋਲ ਕੰਪਲੇਂਟ ਕੀਤੀ ਆ? ਕੰਪਲੇਂਟ ਭਾਜੀ ਦਰਖਾਸਤ ਦੇ ਕੇ ਆਇਆ CCTV ਦੇ ਵਿੱਚ। ਕਿਸੇ ਕੈਮਰੇ 'ਚ ਕੈਦ ਹੋਏ ਨੇ ਉਹ? ਕੈਮਰੇ 'ਚ ਕੈਦ ਹੋਏ ਨੇ। ਕਿੰਨੀ ਕੁ ਦੇਰ ਤੋਂ ਮੂਵਮੈਂਟ ਕਰ ਰਹੇ ਸੀ ਮਹੱਲੇ 'ਚ ਉਹ? ਮਹੱਲੇ 'ਚ ਵੀਰੇ ਤਕਰੀਬਨ ਉਹ 10 ਮਿੰਟ ਪਹਿਲਾਂ, ਪਿੱਛੇ ਜਿਹੜੇ ਕੈਮਰੇ ਅਸੀਂ ਦੇਖੇ ਹਾਂ ਉਹਦੇ ਵਿੱਚ ਖੜ੍ਹੇ ਸੀਗੇ। ਉਸ ਤੋਂ ਬਾਅਦ ਉਹ ਫਿਰ ਮੋਟਰਸਾਈਕਲ ਲਾ ਕੇ ਆਇਆ, ਇੱਕ ਮੁੰਡਾ ਹੋਰ ਆਇਆ, ਇੱਥੇ ਆ ਕੇ ਉਹਨਾਂ ਨੇ ਰੁਮਾਲ ਬੰਨਿਆ, ਠੀਕ ਹੈ ਜੀ। ਤੀਸਰੇ ਮੁੰਡੇ ਨੇ ਕਿਸੇ ਨੇ ਕਾਲ ਕਰਕੇ, ਉਸ ਤੋਂ ਬਾਅਦ ਉੱਥੇ ਖੜ੍ਹੇ ਸੀ 2 ਜਣੇ, ਇੱਕ ਉਰੇ ਆ ਕੇ ਖੜ੍ਹ ਗਿਆ। ਟਰੈਪ ਲੱਗਿਆ ਹੋਇਆ ਸੀਗਾ। ਕੋਈ ਵਹੀਕਲ ਵਗੈਰਾ ਸੀਗਾ ਉਹਨਾਂ ਕੋਲ? ਵਹੀਕਲ ਵੀਰੇ ਮੋਟਰਸਾਈਕਲ ਸੀ, ਇੱਕ ਐਕਟਿਵਾ ਸੀਗੀ ਜਿਹਦਾ ਨੰਬਰ 500-0562 ਐਕਟਿਵਾ ਦਾ, ਬਾਕੀ ਅੱਗੇ ਨਹੀਂ ਹੈਗਾ ਵੀ। ਹੁਣ ਤੱਕ ਕੋਈ ਪੁਲਿਸ ਮੌਕੇ 'ਤੇ ਆਈ? ਪੁਲਿਸ ਮੌਕੇ 'ਤੇ ਆ ਗਏ, ਜਗਦੇਵ ਸਿੰਘ SI ਜਿਹੜੇ ਹੈਗੇ। ਕੀ ਕਰਕੇ ਗਏ ਨੇ ਉਹ ਮੌਕੇ ਦੀ ਵਾਰਦਾਤ? ਇੱਥੇ ਮਤਲਬ ਕਿ ਬਾਅਦ 'ਚ ਜਦ ਦਰਖਾਸਤ ਦੇ ਕੇ ਆਇਆ, ਦੇਖ ਕੇ ਗਏ ਨੇ, ਉਹ ਕਹਿੰਦੇ ਵੀ ਸਾਨੂੰ ਵੀਡੀਓ ਦੇ ਦਿਉ ਅਤੇ ਉਦੋਂ ਬਾਅਦ ਦੇਖ ਰਹੇ ਹਾਂ ਅਸੀਂ। ਆਪ ਨਹੀਂ ਲੈ ਗਏ ਉਹ? ਉਹੀ ਲੈ, ਉਹਨਾਂ ਨੂੰ ਦੇ ਆਉਂਦੀ, ਇੱਕ ਤਾਂ ਸੈਂਡ ਕਰਤੀ ਜਿਹੜੀ ਅਸੀਂ ਪਹਿਲਾਂ ਬਣਾਈ ਹੈ, ਬਾਕੀ ਉਹ ਕੈਮਰਿਆਂ 'ਚ ਦੇਖ ਗਏ। ਉਹ ਕਹਿੰਦੇ ਵੀ ਆਪਾਂ ਦੇਖ ਲੈਂਦੇ ਹਾਂ, ਬਾਕੀ ਦੀ ਕਾਰਵਾਈ ਅੱਗੇ ਕਰ ਦਿੰਦੇ ਹਾਂ। ਇਸ ਘਟਨਾ ਤੋਂ ਬਾਅਦ ਬੱਚਿਆਂ ਦੇ ਮਾਪੇ ਵੀ ਪੂਰੀ ਤਰ੍ਹਾਂ ਨਾਲ ਸਹਿਮੇ ਹੋਏ ਨੇ। ਹਰ ਕੋਈ ਬੱਚਿਆਂ ਦੀ ਸੁਰੱਖਿਆ ਚਾਹ ਰਿਹਾ ਅਤੇ ਇਸ ਦੇ ਲਈ ਪੁਲਿਸ ਨੂੰ ਗਲੀ ਮੁਹੱਲੇ ਵਿੱਚ ਚੌਕਸੀ ਵਧਾਉਣ ਲਈ ਕਿਹਾ ਜਾ ਰਿਹਾ। ਅੱਜ ਇੱਕ ਮੁਹੱਲੇ ਦੇ ਵਿੱਚ ਇਹ ਘਟਨਾ ਹੋਈ ਹੈ ਵੀ ਬੱਚੇ ਸਾਡੇ ਜਿਹੜੇ ਆ ਸਕੂਲ ਵੈਨ 'ਤੇ ਆਉਂਦੇ ਹੁੰਦੇ ਆ 2:30 ਵਜੇ, ਵਾਪਸੀ ਦੇ ਵਿੱਚ ਜਦ ਆ ਰਹੇ ਸੀਗੇ ਅਤੇ ਉਹਨਾਂ ਨੂੰ 3 ਬੰਦਿਆਂ ਨੇ ਘੇਰਿਆ ਵੈਨ ਵਾਲੇ ਨੂੰ, ਅਤੇ ਹੁਣ ਇਹ ਨਹੀਂ ਪਤਾ ਵੀ ਕਿਹਨਾਂ ਨੇ ਘੇਰਿਆ ਕਿਹਨਾਂ ਨਹੀਂ। ਮੂੰਹ 'ਤੇ ਰੁਮਾਲ ਬੰਨੇ ਹੋਏ ਸੀ, ਮੋਨੇ ਕਟਿੰਗ ਸੀਗੀ ਉਹਨਾਂ ਦੀ, ਅਤੇ ਵੈਨ ਵਾਲੇ ਨੂੰ ਰੋਕਿਆ ਅਤੇ ਉਹਨਾਂ ਨੂੰ ਕਿਹਾ ਵੀ ਕੋਈ ਗੱਲਬਾਤ ਹੋਈ। ਉਹ ਵੈਨ ਵਾਲਾ ਬਾਹਰ ਆਇਆ ਅਤੇ ਉਹਨਾਂ ਨੂੰ ਰੋਕ ਕੇ ਕਹਿੰਦਾ ਆ ਵੀ ਤੂੰ ਬਾਹਰ ਆ, ਤੇਰੇ ਨਾਲ ਕੋਈ ਗੱਲਬਾਤ ਕਰਨੀ ਹੈ। ਹੁਣ ਇਹ ਨਹੀਂ ਪਤਾ ਵੀ ਉਹ ਬੱਚਿਆਂ ਨੂੰ ਕੁਛ ਕਰਨ ਲੱਗੇ ਸੀ ਜਾਂ ਉਹ ਵੈਨ ਵਾਲੇ। ਤੁਹਾਡੇ ਬੱਚੇ ਵੈਨ 'ਚ ਸੀਗੇ ਜੀ? ਹਾਂਜੀ ਹਾਂਜੀ। ਘਟਨਾ ਤੋਂ ਬਾਅਦ ਕੀ ਮਾਹੌਲ ਹੈ ਏਰੀਏ 'ਚ ਤੁਹਾਡੇ 'ਚ? ਬਹੁਤ ਜਾਣੀ ਕਿ ਵੀ ਸਹਿਮੇ ਹੋਏ ਨੇ ਬੱਚੇ ਵੀ ਜਿਹੜੇ ਵਿੱਚ ਸੀਗੇ ਵੈਨ ਦੇ, ਸਾਡੇ ਖੁਦ ਦੇ ਬੱਚੇ ਵੀ ਸੀਗੇ, ਸਾਰਿਆਂ ਨਾਲ ਡਰਦਾ ਮਾਹੌਲ ਬਣਿਆ। ਇਹ ਘਟਨਾ ਉਸ ਟਾਈਮ ਹੋਇਆ ਜਦੋਂ ਪੂਰੇ ਦੇਸ਼ ਦੇ ਵਿੱਚ ਬੱਚੇ ਕਿਡਨੈਪਿੰਗ ਦੀਆਂ ਜਿਹੜੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ, ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਅਸੀਂ ਇਹ ਮੰਗ ਕਰਦੇ ਹਾਂ ਵੀ ਇਹ ਜਿਹੜਾ ਅੱਜ ਕੱਲ੍ਹ ਇਹ ਚੱਲ ਰਿਹਾ ਹੈ ਮਾਹੌਲ, ਡਰ ਦਾ ਮਾਹੌਲ ਚੱਲ ਰਿਹਾ, ਬੱਚਿਆਂ ਨੂੰ ਚੱਕ ਕੇ ਲੈ ਜਾਂਦੇ ਆ ਕੋਈ ਕਿਤੋਂ ਕੋਈ ਕਿਤੋਂ,
ਸਾਨੂੰ ਇਹ ਚਾਹੀਦਾ ਆ ਜਿਹੜੇ ਪੁਲਿਸ ਵਾਲੇ ਹੈਗੇ ਆਪਣੇ, ਹਰੇਕ ਮੁਹੱਲੇ ਗਲੀ ਦੇ ਵਿੱਚ ਇੱਕ ਇੱਕ ਦੋ ਦੋ ਪੁਲਿਸ ਵਾਲਿਆਂ ਨੂੰ ਖੜਾਉਣਾ ਚਾਹੀਦਾ ਉਹਨਾਂ ਦੇ ਵਾਸਤੇ ਵੀ ਇਹ ਅੱਜ ਤੋਂ ਬਾਅਦ ਇਹ ਦੁਰਘਟਨਾ ਨਾ ਹੋਵੇ। ਹਾਲਾਂਕਿ ਇਸ ਘਟਨਾ ਨੂੰ ਬੱਚੇ ਅਗਵਾ ਕਰਨ ਦੀ ਘਟਨਾ ਨਾਲ ਜੋੜ ਕੇ ਵੇਖਿਆ ਜਾ ਰਿਹਾ, ਪਰ ਪੁਲਿਸ ਮੁਤਾਬਿਕ ਇਹ ਘਟਨਾ ਬੱਚੇ ਅਗਵਾ ਕਰਨ ਦੀ ਨਹੀਂ ਸਗੋਂ ਡਰਾਈਵਰ ਨਾਲ ਨਿੱਜੀ ਰੰਜਿਸ਼ ਕਾਰਨ ਘਟੀ ਹੈ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ASI ਸਰਦਾਰ ਜਗਦੇਵ ਸਿੰਘ ਜੀ। ਹਾਂਜੀ। ਅੱਛਾ ਸਰ, ਕੋਈ ਆਪਣੇ ਸਕੂਲ ਵੱਲੋਂ ਕੰਪਲੇਂਟ ਵੀ ਆਈ ਹੈ ਕੋਈ ਕਿਡਨੈਪਿੰਗ ਦੇ ਸੰਬੰਧ 'ਚ ਤੁਹਾਡੇ ਕੋਲ? ਕੋਈ ਕਿਡਨੈਪਿੰਗ ਦੇ ਸੰਬੰਧ ਦੇ ਵਿੱਚ ਵੀ ਕੋਈ ਗੱਡੀ ਕੋਈ ਨਹੀਂ ਹੈ? ਮੈਂ ਮੌਕੇ ਤੇ ਜਾ ਕੇ ਆਇਆ, ਕੋਈ ਗੱਲਬਾਤ ਨਹੀਂ। ਉਹ ਮੁੰਡਿਆਂ ਦੀ ਕੋਈ ਡਰਾਈਵਰ ਦੇ ਨਾਲ ਰੰਜਸਬਾਜ਼ੀ ਹੈ। ਠੀਕ ਹੈ ਜੀ। ਮੋਟਰਸਾਈਕਲ ਦਾ ਜਿਹੜਾ ਨੰਬਰ ਹੈ, ਹਾਂਜੀ, ਮੈਂ CCTV ਕੈਮਰੇ ਤੋਂ ਉਹਨਾਂ ਨੂੰ ਕਹਿਦਾ ਕਢਾ ਦੇਖ ਆਇਆ, ਕਢਾ ਕੇ ਮੈਨੂੰ ਫੋਟੋ ਦੇਣਗੇ, ਪਤਾ ਕਰ ਲਾਂਗੇ। ਕੋਈ ਉੱਥੇ ਬੰਦੇ ਵੀ ਸੀ ਬੈਠੇ, ਵਧੀਆ ਬਸੋਂ ਆ ਉੱਥੇ। ਠੀਕ ਹੈ ਜੀ। ਕੋਈ ਇਹੋ ਜੀ ਗੱਲਬਾਤ ਨਹੀਂ, 4 CCTV ਕੈਮਰੇ ਲੱਗੇ ਨੇ, ਕੋਈ ਬੱਚਿਆਂ ਨੂੰ ਕਿਡਨੈਪ ਕਰਨ ਵਾਲੀ ਗੱਲ ਨਹੀਂ ਹੈ। ਯਾਨੀ ਕਿ ਮੌਕਾ ਯਾਨੀ ਕਿ ਹੈਗਾ ਜੀ ਰੰਜਿਸ਼ ਦਾ ਮਾਮਲਾ ਜੀ, ਮਕਸਦ ਕੀ ਸੀ ਇਹ ਤਾਂ ਉਦੋਂ ਹੀ ਪਤਾ ਲੱਗ ਸਕੇਗਾ ਜਦੋਂ ਇਹ ਲੋਕ ਪੁਲਿਸ ਦੇ ਹੱਥੇ ਹੋਣਗੇ। ਖੰਨਾ ਤੋਂ ਕੁਲਵਿੰਦਰ ਸਿੰਘ ਢਿੱਲੋਂ, ਪੰਜਾਬੀ ਪ੍ਰੈਸ TV।